ਮੈਂ ਜਿਵੇਂ ਤੁਹਾਨੂੰ ਪਹਿਲਾਂ ਕੁਛ ਐਟਮਾਂ ਸੁਣਾਈਆਂ, ਮੇਰਾ ਇੱਕ ਐਲ ਪੀ ਹੋ ਰਿਹਾ ਲੋਕ ਗਾਥਾਵਾਂ ਦਾ, ਉਸਦਾ ਨਾਮ ਹਾਲੇ ਐਲ ਪੀ ਰਿਕਾਰਡ ਦਾ ਨਾਮ ਨੀ ਰੱਖਿਆ। ਮੈਂ ਇੱਕ ਪੂਰਨ ਰਿਕਾਰਡ ਕਰਵਾਇਆ ਸੀ ਲੰਡਨ, ਉਹ ਬਹੁਤ ਵਿਕਿਆ ਸੀਗਾ। ਸੋ ਐਤਕੀ ਹਿੰਦੁਸਤਾਨ ਚ ਮੈਂ ਇੱਕ ਨਵਾਂ ਪੂਰਨ ਰਿਕਾਰਡ ਕਰਾਇਆ, ਹਰਦੇਵ ਦਿਲਗੀਰ ਦਾ ਲਿਖਿਆ। ਸੋ ਪੂਰਨ ਦੀ ਕਰੀ ਪੇਸ਼ ਕਰ ਰਹੀ ਹੈ ਗੀਤ ਔਰ ਗੱਲਬਾਤ ਸੁਣਨ ਵਾਲੀ। ਲੱਗਦਾ ਰਾਜਿਆ ਨਾਰਾ ਹੁੰਦੀਆਂ।
ਛੁਰੀਆਂ ਵੇ ਖੰਡੋ ਮਿੱਠੋ ਵਿਓ ਦੀਆਂ ਛੁਰੀਆਂ ਨਾਰਾ ਤਿੱਖੀਆਂ ਛੁਰੀਆਂ ਵੇ ਲੂਣਾ ਨੇ ਮੱਥੇ ਵੀ ਮਾਰਤੀ ਕਰ ਕਰ ਗੱਲਾਂ ਤੁਰੀਆਂ ਵੇ ਮਿਹਰਬਾਨੀ। ਇਹ ਸੀ ਕੁਝ ਆਈਟਮ ਜਿਹੜੀਆਂ ਜਿਵੇਂ ਜੱਗਾ ਪਰ ਮੈਂ ਪਹਿਲਾਂ ਸੁਣਾਇਆ, ਇਹ ਮੇਰੇ ਉਸ ਐਲ ਪੀ ਰਿਕਾਰਡ ਦੇ ਵਿੱਚ ਨਵੀਆਂ ਆਈਟਮਸ ਮੈਂ ਰਿਕਾਰਡ ਕਰਵਾ ਰਹੀ ਹਾਂ। ਪਹਿਲੀ ਸੀ ਜੱਗਾ ਔਰ ਇਹ ਮੈਂ ਤੁਹਾਨੂੰ ਪੂਰਨ ਸੁਣਾਇਆ। ਹੁਣ ਮਿਰਜ਼ਾ ਸਾਹਿਬਾ ਪਹਿਲਾਂ ਤਾਂ ਮੈਂ ਸੁਣਾਉਂਗੀ ਪੁਰਾਣਾ ਜੋ ਤੁਸੀਂ ਪਹਿਲਾਂ ਸੁਣਿਆ ਹੋਇਆ, ਔਰ ਉਹ ਤੋਂ ਬਾਅਦ ਇੱਕ ਹਿੱਸਾ ਮੈਂ ਤੁਹਾਨੂੰ ਉਹ ਸੁਣਾਵਾਂ ਜਿਹੜਾ ਮੈਂ ਹਾਲੇ ਰਿਕਾਰਡ ਕਰਵਾਉਣਾ। ਸੋ ਉਸ ਐਲ ਪੀ ਰਿਕਾਰਡ ਦੇ ਵਿੱਚ ਮੈਂ ਤੁਹਾਨੂੰ ਉਹ ਮਿਰਜ਼ਾ ਸੁਣਾਉਣ ਲੱਗੀ ਹਾਂ। ਆ 5 ਰੁਪਏ ਸਰਦਾਰ ਊਧਮ ਸਿੰਘ ਜੀ ਨਾਮ ਦੇ ਕੇ ਗਏ ਨੇ। ਥੈਂਕ ਯੂ। ਸੌ ਰੁਪਈਆ ਸਪੈਸ਼ਲ ਇਨਾਮ ਸਰਦਾਰ ਬਹਾਦਰ ਬਿਕਰ ਸਿੰਘ ਜੀ ਫਿਲੌਰ ਵਾਲੇ ਮੈਨੂੰ ਦੇ ਰਹੇ ਨੇ। ਮੈਂ ਬੇਹੱਦ ਸਰਦਾਰ ਬਿਕਰ ਸਿੰਘ ਜੀ ਫਿਲੌਰ ਵਾਲਿਆਂ ਦੀ ਮਸ਼ਹੂਰ ਹਾਂ ਕਿ ਉਹਨਾਂ ਨੇ ਮੇਰੀ ਹੌਸਲਾ ਅਫਜ਼ਾਈ ਕੀਤੀ। ਲਓ ਦੇ ਨਾਲ ਹੀ ਮਿਰਜ਼ਾ ਸਾਹਿਬਾ ਪੇਸ਼ ਕਰ ਰਹੀ ਹਾਂ। ਕੋਠੇ ਚੜ ਚੜੇ ਤੱਕ ਨਹੀਂ ਆ ਰਹਾ